इस वीडियो दे विच आपां कंप्यूटर बूटिंग सीक्वेंस नूं डिस्कस करांगे। तुसी स्क्रीन ते एक फ्लो चार्ट या एक डायग्राम देख पा रहे हो जिदे विच उह सारे स्टैप दिखाए गए हन कि जदों कंप्यूटर दी बूट प्रोसैस शुरू हुंदा है भाव ऑपरेटिंग सिस्टम साडी हार्ड ड्राइव तों यानी सेकेंडरी मैमरी तों प्राइमरी मैमरी दे विच ट्रांसफर हुंदा है ਤਾਂ ਕਿਹੜੇ ਕਿਹੜੇ ਸਟੈਪ ਪਰਫੋਰਮ ਹੁੰਦੇ ਹਨ ਉਹਦੇ ਬਾਰੇ ਡਿਸਕਸ ਕਰਦੇ ਹਾਂ ਆਪਾਂ। ਉਸ ਪ੍ਰੋਸੈਸ ਨੂੰ ਬੂਟਿੰਗ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ CPU ਤੋਂ ਕੰਪਿਊਟਰ ਨੂੰ ਪਾਵਰ ਔਨ ਕਰਦੇ ਹਾਂ, ਯਾਨੀ ਪਾਵਰ ਦਾ ਬਟਨ ਪ੍ਰੈਸ ਕਰਕੇ ਉਸ ਨੂੰ ਅਸੀਂ ਸਟਾਰਟ ਕਰਦੇ ਹਾਂ। ਤਾਂ ਪਾਵਰ ਦਾ ਬਟਨ ਜਦੋਂ ਅਸੀਂ ਔਨ ਕਰਦੇ ਹਾਂ ਤਾਂ ਕੰਪਿਊਟਰ ਦੇ ਵਿੱਚ ਕੁਝ ਰਜਿਸਟਰ ਹੁੰਦੇ ਹਨ। ਰਜਿਸਟਰ ਇੱਕ ਮੈਮਰੀ ਹੁੰਦੀ ਹੈ ਜਿਸ ਦੇ ਵਿੱਚ ਕੁਛ ਨਾ ਕੁਛ ਅਸੀਂ ਸਟੋਰ ਕਰਕੇ ਰੱਖਦੇ ਹਾਂ। ਤਾਂ ਛੋਟੀ ਤਰ੍ਹਾਂ ਦੀ ਮੈਮਰੀ ਹੁੰਦੀ ਹੈ, ਤੁਸੀਂ ਇੰਨਾ ਹੀ ਇਹਨੂੰ ਯਾਦ ਰੱਖੋ। ਤਾਂ ਕੰਪਿਊਟਰ ਦੇ ਵਿੱਚ CPU ਦੇ ਅੰਦਰ ਸਾਡੇ ਕੋਲ ਸਪੈਸ਼ਲ ਪਰਪਜ਼ ਰਜਿਸਟਰ ਹੁੰਦੇ ਹਨ। ਉਹਨਾਂ ਦੇ ਵਿੱਚੋਂ CPU ਇੱਕ ਰਜਿਸਟਰ ਹੁੰਦਾ ਹੈ ਸਾਡੇ ਕੋਲ ਜੰਪ ਰਜਿਸਟਰ, ਜਿਸ ਨੂੰ CPU ਐਗਜ਼ੀਕਿਊਟ ਕਰਦਾ ਹੈ। ਉਹਦੇ ਵਿੱਚ ਇੱਕ ਸਾਡੇ ਕੋਲ ਸਪੈਸ਼ਲ ਕੋਡ ਹੁੰਦਾ ਹੈ, CPU ਦੁਆਰਾ ਉਸ ਕੋਡ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ। ਉਹ ਕੋਡ ਐਗਜ਼ੀਕਿਊਟ ਹੋਣ ਤੋਂ ਬਾਅਦ ਸਾਡੇ ROM ਦੇ ਅੰਦਰ ਇੱਕ ਸਪੈਸ਼ਲ ਪ੍ਰੋਗਰਾਮ ਸਟੋਰ ਹੁੰਦਾ ਹੈ। ਇਹ ਪ੍ਰੋਗਰਾਮ ਪਹਿਲਾਂ ਤੋਂ ਹੀ ਸਟੋਰ ਹੁੰਦਾ ਹੈ, ਜਿਸ ਨੂੰ ਅਸੀਂ BIOS ਕਹਿੰਦੇ ਹਾਂ, ਬੇਸਿਕ ਇਨਪੁੱਟ ਆਊਟਪੁੱਟ ਸਿਸਟਮ। BIOS ਜਿਹੜਾ ਸੋਫਟਵੇਅਰ ਜਿਹੜਾ ਸਾਡੀ ROM ਦੇ ਵਿੱਚ ਪ੍ਰੀ ਡਿਫਾਈਨਡ ਹੁੰਦਾ ਹੈ, ਪਹਿਲਾਂ ਤੋਂ ਹੀ ਸਟੋਰ ਹੁੰਦਾ ਹੈ। ਜੰਪ ਰਜਿਸਟਰ ਦੀ ਸਹਾਇਤਾ ਨਾਲ ਸਾਡਾ ਜਿਹੜਾ CPU ਦਾ ਕੰਟਰੋਲ ਹੈ ਉਹ BIOS ਤੱਕ ਪਹੁੰਚਦਾ ਹੈ, BIOS ਨੂੰ ਲੋਕੇਟ ਕੀਤਾ ਜਾਂਦਾ ਹੈ। ਤਾਂ ਜਦੋਂ BIOS ਦੇ ਬਾਰੇ CPU ਨੂੰ ਜਾਣਕਾਰੀ ਮਿਲਦੀ ਹੈ ਤਾਂ ROM ਦੇ ਵਿੱਚੋਂ CPU ਦੁਆਰਾ BIOS ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ। ਜਦੋਂ BIOS ਐਗਜ਼ੀਕਿਊਟ ਹੁੰਦਾ ਹੈ ਤਾਂ CPU ਦੁਆਰਾ ਇੱਕ ਟੈਸਟ ਪਰਫੋਰਮ ਕੀਤਾ ਜਾਂਦਾ ਹੈ, ਜਿਸ ਨੂੰ ਅਸੀਂ ਪਾਵਰ ਔਨ ਸੈਲਫ ਟੈਸਟ ਕਹਿੰਦੇ ਹਾਂ। ਜਦੋਂ ਪਾਵਰ ਔਨ ਸੈਲਫ ਟੈਸਟ ਪਰਫੋਰਮ ਹੁੰਦਾ ਹੈ, ਪਾਵਰ ਔਨ ਸੈਲਫ ਟੈਸਟ ਦਾ ਮੁੱਖ ਉਦੇਸ਼ ਕੰਪਿਊਟਰ ਸਿਸਟਮ ਨਾਲ ਜਿੰਨੀਆਂ ਵੀ ਇਨਪੁੱਟ ਆਊਟਪੁੱਟ ਡਿਵਾਈਸਿਸ ਅਟੈਚ ਹੁੰਦੀਆਂ ਹਨ ਤਾਂ CPU ਦੁਆਰਾ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ। ਜੇਕਰ ਕੋਈ ਇਨਪੁੱਟ ਆਊਟਪੁੱਟ ਡਿਵਾਈਸ ਕੰਮ ਨਹੀਂ ਕਰ ਰਹੀ ਹੁੰਦੀ ਤਾਂ ਸਾਡੀ ਬੂਟਿੰਗ ਪ੍ਰੋਸੈਸ ਜਿਹੜੀ ਹੈ ਉਸੇ ਸਮੇਂ ਰੁਕ ਜਾਂਦੀ ਹੈ, ਹੌਲਟ ਹੋ ਜਾਂਦੀ ਹੈ। ਅਗਰ ਪਾਵਰ ਔਨ ਸੈਲਫ ਟੈਸਟ ਪਰਫੋਰਮ ਚੰਗੀ ਤਰ੍ਹਾਂ ਹੋ ਜਾਂਦਾ ਹੈ ਯਾਨੀ ਸਕਸੈਸਫੁਲ ਹੋ ਜਾਂਦਾ ਹੈ ਤਾਂ ਬੂਟ ਸੀਕੁਐਂਸ ਦਾ ਜਿਹੜਾ ਅਗਲਾ ਸਟੈਪ ਪਰਫੋਰਮ ਹੁੰਦਾ ਹੈ ਤਾਂ BIOS ਜਿਹੜਾ ਹੈ ਉਹ ਜਦੋਂ BIOS ਦਾ ਰਿਜ਼ਲਟ ਜਿਹੜਾ ਸਹੀ ਹੋ ਜਾਂਦਾ ਹੈ, ਜਿੰਨੇ ਵੀ ਪਾਵਰ ਔਨ ਸੈਲਫ ਟੈਸਟ ਜਦੋਂ ਸਹੀ ਹੋ ਜਾਂਦਾ ਹੈ, ਉਸ ਤੋਂ ਬਾਅਦ BIOS ਜਿਹੜਾ ਹੈ ਇੱਕ ਸਪੈਸ਼ਲ ਪਾਰਟੀਸ਼ਨ ਟੇਬਲ ਨੂੰ RAM ਦੇ ਵਿੱਚ ਯਾਨੀ ਪ੍ਰਾਇਮਰੀ ਮੈਮਰੀ ਦੇ ਵਿੱਚ ਟ੍ਰਾਂਸਫਰ ਕਰਦਾ ਹੈ। ਜਦੋਂ RAM ਦੇ ਵਿੱਚ ਸਪੈਸ਼ਲ ਪਾਰਟੀਸ਼ਨ ਟੇਬਲ ਟ੍ਰਾਂਸਫਰ ਹੁੰਦਾ ਹੈ ਤਾਂ ਸਪੈਸ਼ਲ ਪਾਰਟੀਸ਼ਨ ਟੇਬਲ ਦੀ ਸਹਾਇਤਾ ਨਾਲ ਸਾਨੂੰ ਬੂਟ ਲੋਡਰ ਪ੍ਰੋਗਰਾਮ ਜਿਹੜਾ ਹੈ ਉਹ ਮਿਲ ਜਾਂਦਾ ਹੈ। ਬੂਟ ਲੋਡਰ ਇੱਕ ਸਪੈਸ਼ਲ ਪ੍ਰੋਗਰਾਮ ਹੁੰਦਾ ਹੈ ਜਿਹੜਾ ਸਪੈਸ਼ਲ ਪਾਰਟੀਸ਼ਨ ਟੇਬਲ ਦੀ ਸਹਾਇਤਾ ਨਾਲ ਸਾਡੀ ਮੇਨ ਮੈਮਰੀ ਦੇ ਵਿੱਚ ਆ ਜਾਂਦਾ ਹੈ। ਜਦੋਂ ਬੂਟ ਲੋਡਰ ਪ੍ਰੋਗਰਾਮ ਐਗਜ਼ੀਕਿਊਟ ਹੁੰਦਾ ਹੈ ਤਾਂ ਸਾਨੂੰ ਹਾਰਡ ਡਰਾਈਵ ਦੇ ਵਿੱਚ ਓਪਰੇਟਿੰਗ ਸਿਸਟਮ ਦਾ ਸਟਾਰਟਿੰਗ ਐਡਰੈੱਸ ਪਤਾ ਲੱਗ ਜਾਂਦਾ ਹੈ। ਜਦੋਂ ਸਾਨੂੰ ਓਪਰੇਟਿੰਗ ਸਿਸਟਮ ਦਾ ਸਟਾਰਟਿੰਗ ਐਡਰੈੱਸ ਪਤਾ ਲੱਗ ਜਾਂਦਾ ਹੈ ਵੀ ਓਪਰੇਟਿੰਗ ਸਿਸਟਮ ਜਿਹੜਾ ਹੈ ਹਾਰਡ ਡਰਾਈਵ ਦੇ ਵਿੱਚ ਸੈਕੰਡਰੀ ਮੈਮਰੀ ਦੇ ਵਿੱਚ ਕਿੱਥੇ ਪਿਆ ਹੈ, ਤਾਂ ਓਪਰੇਟਿੰਗ ਸਿਸਟਮ ਦਾ ਜਿਹੜਾ ਕਰਨਲ ਪਾਰਟ ਹੁੰਦਾ ਹੈ, ਕਰਨਲ ਯਾਨੀ ਸਪੈਸ਼ਲ ਪਾਰਟ, ਉਹ ਮੇਨ ਮੈਮਰੀ ਦੇ ਵਿੱਚ ਟ੍ਰਾਂਸਫਰ ਹੋਣਾ ਸ਼ੁਰੂ ਹੋ ਜਾਂਦਾ ਹੈ। ਯਾਨੀ ਕਨਫੀਗੇਸ਼ਨ ਫਾਈਲਸ ਜਿਹੜੀਆਂ ਹੈ ਓਪਰੇਟਿੰਗ ਸਿਸਟਮ ਦੀਆਂ ਉਹ ਮੇਨ ਮੈਮਰੀ ਦੇ ਵਿੱਚ ਟ੍ਰਾਂਸਫਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬੂਟ ਲੋਡਰ ਪ੍ਰੋਗਰਾਮ ਦੀ ਸਹਾਇਤਾ ਨਾਲ ਜਦੋਂ ਕਨਫੀਗੇਸ਼ਨ ਫਾਈਲਸ ਜਿਹੜੀਆਂ ਹੈ ਉਹ RAM ਦੇ ਵਿੱਚ ਟ੍ਰਾਂਸਫਰ ਹੋਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਮੋਸਟ ਇੰਪੋਰਟੈਂਟ ਪਾਰਟ ਜਿਹੜਾ ਓਪਰੇਟਿੰਗ ਸਿਸਟਮ ਦਾ ਹੁੰਦਾ ਹੈ, ਜਿਸ ਨੂੰ ਅਸੀਂ ਕਰਨਲ ਕਹਿੰਦੇ ਹਾਂ, ਜਿਸ ਤੋਂ ਬਿਨਾਂ ਓਪਰੇਟਿੰਗ ਸਿਸਟਮ ਦਾ ਕੰਮ ਸ਼ੁਰੂ ਨਹੀਂ ਹੁੰਦਾ, ਉਹ RAM ਦੇ ਵਿੱਚ ਆ ਜਾਂਦਾ ਹੈ, ਤਾਂ ਓਵਰਆਲ ਕੰਟਰੋਲ ਓਪਰੇਟਿੰਗ ਸਿਸਟਮ ਦਾ ਸਾਰੇ ਹਾਰਡਵੇਅਰ 'ਤੇ ਹੋ ਜਾਂਦਾ ਹੈ। ਭਾਵ ਸਾਡਾ ਓਪਰੇਟਿੰਗ ਸਿਸਟਮ ਸੈਕੰਡਰੀ ਮੈਮਰੀ ਤੋਂ ਪ੍ਰਾਇਮਰੀ ਮੈਮਰੀ ਦੇ ਵਿੱਚ ਪੂਰੀ ਤਰ੍ਹਾਂ ਲੋਡ ਹੋ ਜਾਂਦਾ ਹੈ ਅਤੇ ਓਪਰੇਟਿੰਗ ਸਿਸਟਮ ਸਾਰੇ ਹਾਰਡਵੇਅਰ ਨੂੰ ਕੰਟਰੋਲ ਕਰ ਲੈਂਦਾ ਹੈ। ਅਤੇ ਇਸ ਤਰੀਕੇ ਨਾਲ ਸਾਡੇ ਕੋਲ ਸਕਰੀਨ 'ਤੇ ਡੈਸਕਟੋਪ ਸਕਰੀਨ ਜਿਹੜੀ ਹੈ ਯਾਨੀ ਵਿੰਡੋ ਓਪਰੇਟਿੰਗ ਸਿਸਟਮ ਦੀ ਪਹਿਲੀ ਸਕਰੀਨ ਮੋਨੀਟਰ ਸਕਰੀਨ ਦੇ ਉੱਤੇ ਡਿਸਪਲੇ ਹੋ ਜਾਂਦੀ ਹੈ, ਜਿਸ ਨੂੰ ਅਸੀਂ ਡੈਸਕਟੋਪ ਕਹਿੰਦੇ ਹਾਂ। ਇਸ ਤਰੀਕੇ ਨਾਲ ਓਪਰੇਟਿੰਗ ਸਿਸਟਮ ਜਿਹੜਾ ਹੈ ਉਹ ਲੋਡ ਹੋ ਜਾਂਦਾ ਹੈ ਮੇਨ ਮੈਮਰੀ ਦੇ ਵਿੱਚ ਸੈਕੰਡਰੀ ਮੈਮਰੀ ਤੋਂ। ਇਸ ਸਾਰੇ ਪ੍ਰੋਸੈਸ ਨੂੰ ਅਸੀਂ ਬੂਟਿੰਗ ਦੇ ਨਾਮ ਨਾਲ ਜਾਣਦੇ ਹਾਂ।
मैं तुहानूं आम शब्दों के विच कहां बूटिंग एक अजिहा प्रोसैस है जिस दे नाल साडा ओपरेटिंग सिस्टम सेकेंडरी मैमरी तो प्राइमरी मैमरी दे विच ट्रांसफर हुंदा है। मैं थोनों दस दें बिना ओपरेटिंग सिस्टम तो कंप्यूटर कुछ भी नहीं कर सकता। जो कंप्यूटर बंद हुंदा है तो ओपरेटिंग सिस्टम सेकेंडरी मैमरी दे विच हुंदा है। असी जानते हाँ बिना ओपरेटिंग सिस्टम तो हार्डवेयर काम नहीं करता, तो ओपरेटिंग सिस्टम नू मेन मैमरी दे विच ट्रांसफर करना बहुत जरूरी हुंदा है। उस दे लई जिहड़े प्रोसैस जिहड़े स्टैप परफॉर्म किए जाते हैं उन्होंने बूटिंग कहा जाता है, भाव सेकेंडरी मैमरी तो प्राइमरी मैमरी दे विच जदों ओपरेटिंग सिस्टम ट्रांसफर हुंदा है तो उस समय CPU द्वारा जिहड़े जिहड़े स्टैप परफॉर्म किए जाते हैं उन्होंने असी बूटिंग कहते हाँ। बूटिंग दे विच कुछ जिहड़े काम हुंदे हन उन्हां दे विच साडे कोले कुछ रजिस्टर कुछ स्पैशल परपज़ रजिस्टर कुछ कॉमन रजिस्टर जिहड़े ओह यूज़ हुंदे हन। रजिस्टर एक छोटे तरह की मैमरी हुंदी है जिन्हां दे विच कुछ स्पैशल प्रोग्राम पहलां तों ही प्री डिफाइंड लिखे हुंदे हन। रोम एक साडे कोले मैमरी हुंदी है कंप्यूटर की जिसनों असी रीड ओनली मैमरी कहिंदे हाँ। रोम दे विच साडे कोले बायोस हुंदा है, साडे कोले रोम दे विच बूट लोडर प्रोग्राम हुंदा है। बूटिंग प्रोसैस नूं पूरा करन लई बूट लोडर प्रोग्राम का होना बहुत जरूरी है। आम शब्दों के मैं जे तुहानूं दसा बूटिंग प्रोसैस नूं पूरा करन लई रोम चिप के अंदर पहलां तो ही प्री डिफाइंड प्रोग्राम लिखे होंदे हन जिन्हां दे विच पहला है बायोस जिसनों असी बेसिक इनपुट आउटपुट सिस्टम कहिंदे हाँ, ये भी एक तरह का प्रोग्राम जां सिस्टम सॉफ्टवेयर हुंदा है। दूसरा हुंदा है साडे कोले बूट लोडर, ये भी एक तरह का सिस्टम प्रोग्राम जां साडे कोले जिसनों असी प्रोग्राम या सॉफ्टवेयर सिस्टम सॉफ्टवेयर कह सकते हाँ, ये होना बहुत जरूरी है। ये प्री डिफाइंड प्रोग्राम हुंदे हन जिहड़े पहलां तो ही रोम चिप दे विच लिखे हुंदे हन। रोम दे अंदर जिहड़े प्रोग्राम लिखे हुंदे हन ये स्पैशल प्रोग्राम हुंदे हन। रोम दी प्रोग्रामिंग एक हार्डवेयर डिवाइस द्वारा अल्ट्रावायलट रेज जिहड़ियां यूज़ करके स्पैशल तरीके नाल ਇਹ ਕੀਤੀ ਜਾਂਦੀ ਹੈ। ਆਮ ਯੂਜ਼ਰ ਰੋਮ ਦੀ ਪ੍ਰੋਗਰਾਮਿੰਗ ਨਹੀਂ ਕਰ ਸਕਦਾ। ਤਾਂ ਰੋਮ ਦਾ ਜਿਹੜਾ ਮੇਨ ਮਕਸਦ ਹੈ ਬੂਟਿੰਗ ਪ੍ਰੋਸੈਸ ਦੇ ਵਿੱਚ ਹੁੰਦਾ ਹੈ। ਬੂਟਿੰਗ ਪ੍ਰੋਸੈਸ ਦੇ ਵਿੱਚ ਜਿਹੜੇ ਸਪੈਸ਼ਲ ਪ੍ਰੋਗਰਾਮ ਸਾਨੂੰ ਲੋੜੀਂਦੇ ਹੁੰਦੇ ਹਨ ਉਹ ਰੋਮ ਚਿੱਪ ਦੁਆਰਾ ਹੀ ਪ੍ਰੋਵਾਈਡ ਕੀਤੇ ਜਾਂਦੇ ਹਨ। ਤਾਂ ਓਪਰੇਟਿੰਗ ਸਿਸਟਮ ਨੂੰ ਟ੍ਰਾਂਸਫਰ ਕਰਨ ਲਈ ਸਪੈਸ਼ਲ ਜਿਹੜੇ ਹੈ ਰਜਿਸਟਰਸ ਉਹਨਾਂ ਦੀ ਵਰਤੋਂ ਹੁੰਦੀ ਹੈ। ਸਪੈਸ਼ਲ ਪ੍ਰੋਗਰਾਮ ਜਿਵੇਂ ਬੂਟ ਲੋਡਰ ਹੋ ਗਿਆ ਜਾਂ ਸਾਡੇ ਕੋਲ ਬਾਇਓਜ਼ ਹੋ ਗਿਆ, ਸਪੈਸ਼ਲ ਜਿਹੜੇ ਰਜਿਸਟਰ ਹੈ ਪ੍ਰੋਗਰਾਮ ਕਾਊਂਟਰ ਹੋ ਗਿਆ, ਸਾਡੇ ਕੋਲ ਇਹਨਾਂ ਰਜਿਸਟਰਸ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦਾਂ ਦੇ ਵਿੱਚ ਮੈਂ ਆਪਣੀ ਗੱਲ ਨੂੰ ਫਿਰ ਇੱਕ ਵਾਰੀ ਰਿਪੀਟ ਕਰ ਰਿਹਾ ਹਾਂ। ਜਦੋਂ ਕੰਪਿਊਟਰ ਸ਼ਟਡਾਊਨ ਹੁੰਦਾ ਹੈ ਬੰਦ ਹੁੰਦਾ ਹੈ ਤਾਂ ਓਪਰੇਟਿੰਗ ਸਿਸਟਮ ਸੈਕੰਡਰੀ ਮੈਮਰੀ ਦੇ ਵਿੱਚ ਹੁੰਦਾ ਹੈ, ਪ੍ਰਾਇਮਰੀ ਮੈਮਰੀ ਦੇ ਵਿੱਚ ਨਹੀਂ ਹੁੰਦਾ। ਤਾਂ ਮੈਂ ਜੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬਿਨਾਂ ਓਪਰੇਟਿੰਗ ਸਿਸਟਮ ਤੋਂ ਕੰਪਿਊਟਰ ਕੰਮ ਨਹੀਂ ਕਰਦਾ, ਤਾਂ ਓਪਰੇਟਿੰਗ ਸਿਸਟਮ ਨੂੰ ਸੈਕੰਡਰੀ ਮੈਮਰੀ ਤੋਂ ਪ੍ਰਾਇਮਰੀ ਮੈਮਰੀ ਦੇ ਵਿੱਚ ਲੋਡ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਅਸੀਂ ਕੰਪਿਊਟਰ ਨੂੰ ਟਰਨ ਔਨ ਕਰਦੇ ਹਾਂ, ਉਹਦਾ ਪਾਵਰ ਔਨ ਕਰਦੇ ਹਾਂ, ਤਾਂ ਓਪਰੇਟਿੰਗ ਸਿਸਟਮ ਜਿਹੜਾ ਹੈ ਉਹ ਪ੍ਰਾਇਮਰੀ ਮੈਮਰੀ ਦੇ ਵਿੱਚ ਸੈਕੰਡਰੀ ਮੈਮਰੀ ਤੋਂ ਟ੍ਰਾਂਸਫਰ ਹੁੰਦਾ ਹੈ। ਉਹ ਸਾਰੇ ਪ੍ਰੋਸੈਸ ਨੂੰ ਅਸੀਂ ਬੂਟਿੰਗ ਕਹਿੰਦੇ ਹਾਂ। ਤਾਂ ਬੂਟਿੰਗ ਇੱਕ ਅਤੀ ਜ਼ਰੂਰੀ ਪ੍ਰੋਸੈਸ ਹੈ।